ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਵਕਤ ਜੋ ਤਾਜ਼ਾ ਕੀਮਤਾਂ ਸਾਹਮਣੇ ਆਈਆਂ ਨੇ ਉਹ ਵੀ ਤੁਹਾਡੇ ਨਾਲ ਰੂਬਰੂ ਕਰਾਂਗੇ। ਪਰ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਨਵਰੀ ਮਹੀਨੇ ਤੋਂ ਹੀ ਜਿਹੜੀ 66,000 ਕੀਮਤ ਸੀਗੀ ਸੋਨੇ ਦੀ ਉਹ ਲਗਾਤਾਰ ਵਧਦੀ ਵਧਦੀ 74 ਹੋ ਜਾਂਦੀ ਹੈ, 74 ਤੋਂ ਵੀ ਪਾਰ ਹੋਣ ਨੂੰ ਫਿਰਦੀ ਹੈ। ਪਰ ਉਸ ਤੋਂ ਬਾਅਦ ਲਗਾਤਾਰ ਕੀਮਤ ਘੱਟਦੀ ਹੈ, ਪਹਿਲਾਂ 83 ਹੋ ਗਈ, ਉਸ ਤੋਂ ਬਾਅਦ ਫਿਰ 72 ਹੋ ਗਈ, ਫਿਰ ਇਸ ਤੋਂ ਬਾਅਦ 71 ਹੋ ਗਈ ਤੇ ਹੁਣ ਕਿਹਾ ਜਾ ਰਿਹਾ ਸੀਗਾ ਕਿ 20-30 ਤੱਕ ਸੋਨੇ ਦੀ ਕੀਮਤ ਜਿਹੜੀ ਹੈ ਲੱਖ ਤੱਕ ਪਹੁੰਚ ਸਕਦੀ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਦੇ ਵਿੱਚ ਵੀ ਲਗਾਤਾਰ ਵਾਧਾ ਦੇਖਣ ਨੂੰ ਮਿਲਿਆ ਤੇ ਉਸ ਤੋਂ ਬਾਅਦ ਗਿਰਾਵਟ ਵੀ ਦੇਖਣ ਨੂੰ ਮਿਲੀ ਹੈ। ਪਰ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਕਿ 20-23 ਦੇ ਵਿੱਚ ਵੀ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਪਰ ਜੇਕਰ ਸੋਨੇ ਦੀ ਗੱਲ ਕੀਤੀ ਜਾਵੇ, ਜਿੱਥੇ ਆਰਥਿਕਤਾ ਨੂੰ ਸਹੀ ਕਰਦਾ ਹੈ ਸੋਨਾ, ਉੱਥੇ ਹੀ ਗਹਿਣੇ ਬਣਾਉਣ ਦੇ ਵਿੱਚ ਜਾਂ ਗਹਿਣਿਆਂ ਨੂੰ ਸੋਨੇ ਨੂੰ ਲੈਣ ਦੇਣ ਦੇ ਵਿੱਚ ਕਾਫੀ ਜ਼ਿਆਦਾ ਮੁਨਾਫਾ ਅਕਸਰ ਲੋਕਾਂ ਨੂੰ ਹੁੰਦਾ ਹੋਇਆ ਦੇਖਿਆ ਜਾਂਦਾ ਹੈ। ਪਰ ਜੋ ਮੌਜੂਦਾ ਹੁਣ ਸੋਨੇ ਦੇ ਭਾਅ ਨੇ, ਇੱਕ ਵਾਰ ਤੁਹਾਨੂੰ ਉਹ ਵੀ ਦੱਸ ਦਿੰਦੇ ਹਾਂ। ਦੱਸ ਦਈਏ ਕਿ ਬਾਜ਼ਾਰ ਦੇ ਵਿੱਚ ਸੋਨੇ ਦੀ ਕੀਮਤ 22 ਕੈਰੇਟ ਸੋਨੇ ਦੀ ਕੀਮਤ ਜਿਹੜੀ ਆ 68,800 ਰੁਪਏ ਪ੍ਰਤੀ 10 ਗ੍ਰਾਮ ਤੇ ਚੱਲ ਰਹੀ ਹੈ। ਇਸ ਦੇ ਨਾਲ ਹੀ 24 ਕੈਰੇਟ ਸੋਨੇ ਦੀ ਕੀਮਤ 74,350 ਰੁਪਏ ਪ੍ਰਤੀ 10 ਗ੍ਰਾਮ, ਜਦਕਿ ਕੱਲ ਤੱਕ 24 ਕੈਰੇਟ ਸੋਨੇ ਦੀ ਕੀਮਤ ਜਿਹੜੀ ਹੈ ਉਹ 73,900 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਦੇ ਨਾਲ ਹੀ 22 ਕੈਰੇਟ ਸੋਨੇ ਦੀ ਕੀਮਤ 68,350 ਰੁਪਏ ਪ੍ਰਤੀ 10 ਗ੍ਰਾਮ ਤੱਕ ਚੱਲ ਗਈ ਹੈ। ਇਸ ਦੇ ਨਾਲ ਹੀ 18 ਕੈਰੇਟ ਸੋਨੇ ਦੀ ਕੀਮਤ ਜਿਹੜੀ ਹੈ 56,300 ਰੁਪਏ ਤੱਕ ਪਹੁੰਚ ਚੁੱਕੀ ਹੈ। ਚਾਂਦੀ ਜਿਹੜੀ ਹੈ ਉਹ 80,000 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਚੁੱਕੀ ਹੈ। ਇਸ ਦੇ ਨਾਲ ਹੀ ਚਾਂਦੀ ਦੀ ਗੱਲ ਕਰੀਏ ਤਾਂ ਕੱਲ੍ਹ ਦੇ ਮੁਕਾਬਲੇ ਅੱਜ ਚਾਂਦੀ ਦੀਆਂ ਕੀਮਤਾਂ ਦੇ ਵਿੱਚ 1,000 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ। ਇਸ ਦੇ ਨਾਲ ਚਾਂਦੀ 80,000 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਵਿਕ ਰਹੀ ਹੈ, ਜਦਕਿ ਕੱਲ੍ਹ ਜਿਹੜੀ ਹੈ 79,000 ਪ੍ਰਤੀ ਕਿਲੋਗ੍ਰਾਮ ਦੀ ਸੀਗੀ। ਇਸ ਦੇ ਨਾਲ ਹੀ ਦੂਜੇ ਪਾਸੇ ਜੇਕਰ ਤੁਸੀਂ ਇਹ ਸੋਨਾ ਵੇਚਣਾ ਜਾਂ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਸਰਾਫਾ ਬਾਜ਼ਾਰ ਵਿੱਚ 10 ਗ੍ਰਾਮ 22 ਕੈਰੇਟ ਸੋਨੇ ਦਾ ਵਟਾਂਦਰਾ ਦਰ 65,300 ਰੁਪਏ ਹੈ। 18 ਕੈਰੇਟ ਸੋਨੇ ਦਾ ਵਟਾਂਦਰਾ ਦਰ 54,800 ਰੁਪਏ ਹੈ ਪ੍ਰਤੀ 10 ਗ੍ਰਾਮ। ਇਸ ਦੇ ਨਾਲ ਹੀ ਜਦਕਿ ਚਾਂਦੀ ਦਾ ਵਿਕਣ ਦਾ ਰੇਟ 70,000 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਪਰ ਜੇਕਰ 2019 ਦੀ ਗੱਲ ਕੀਤੀ ਜਾਵੇ ਤਾਂ 19 'ਚ 10 ਗ੍ਰਾਮ 24 ਕੈਰੇਟ ਸੋਨੇ ਦੀ ਸਿਰਫ ਕੀਮਤ ਜਿਹੜੀ ਹੈ ਉਹ 38,000 ਰੁਪਏ ਉਪਲਬਧ ਸੀਗੀ। ਪਰ ਅੱਜ ਕੱਲ੍ਹ ਦੇਖਿਆ ਜਾਵੇ ਤਾਂ ਦੁੱਗਣੀ ਜਿਹੜੀ ਕੀਮਤ ਹੈ ਉਹ ਸੋਨੇ ਦੀ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ 24 ਕੈਰੇਟ ਸੋਨੇ ਦੀ ਕੀਮਤ ਜਿਹੜੀ ਹੈ 74,000 ਨੂੰ ਪਹੁੰਚ ਚੁੱਕੀ ਹੈ। ਚਾਂਦੀ ਦੀ ਕੀਮਤ ਦੇ ਵਿੱਚ ਵੀ 1,000 ਰੁਪਏ ਤੱਕ ਵਾਧਾ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਵਕਤ ਜੋ ਤਾਜ਼ਾ ਕੀਮਤਾਂ ਸਾਹਮਣੇ ਆਈਆਂ ਨੇ ਉਹ ਵੀ ਤੁਹਾਡੇ ਨਾਲ ਰੂਬਰੂ ਕਰਾਂਗੇ। ਪਰ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਨਵਰੀ ਮਹੀਨੇ ਤੋਂ ਹੀ ਜਿਹੜੀ 66,000 ਕੀਮਤ ਸੀਗੀ ਸੋਨੇ ਦੀ ਉਹ ਲਗਾਤਾਰ ਵਧਦੀ ਵਧਦੀ 74 ਹੋ ਜਾਂਦੀ ਹੈ, 74 ਤੋਂ ਵੀ ਪਾਰ ਹੋਣ ਨੂੰ ਫਿਰਦੀ ਹੈ। ਪਰ ਉਸ ਤੋਂ ਬਾਅਦ ਲਗਾਤਾਰ ਕੀਮਤ ਘੱਟਦੀ ਹੈ, ਪਹਿਲਾਂ 83 ਹੋ ਗਈ, ਉਸ ਤੋਂ ਬਾਅਦ ਫਿਰ 72 ਹੋ ਗਈ, ਫਿਰ ਇਸ ਤੋਂ ਬਾਅਦ 71 ਹੋ ਗਈ ਤੇ ਹੁਣ ਕਿਹਾ ਜਾ ਰਿਹਾ ਸੀਗਾ ਕਿ 20-30 ਤੱਕ ਸੋਨੇ ਦੀ ਕੀਮਤ ਜਿਹੜੀ ਹੈ ਲੱਖ ਤੱਕ ਪਹੁੰਚ ਸਕਦੀ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਦੇ ਵਿੱਚ ਵੀ ਲਗਾਤਾਰ ਵਾਧਾ ਦੇਖਣ ਨੂੰ ਮਿਲਿਆ ਤੇ ਉਸ ਤੋਂ ਬਾਅਦ ਗਿਰਾਵਟ ਵੀ ਦੇਖਣ ਨੂੰ ਮਿਲੀ ਹੈ। ਪਰ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਕਿ 20-23 ਦੇ ਵਿੱਚ ਵੀ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਪਰ ਜੇਕਰ ਸੋਨੇ ਦੀ ਗੱਲ ਕੀਤੀ ਜਾਵੇ, ਜਿੱਥੇ ਆਰਥਿਕਤਾ ਨੂੰ ਸਹੀ ਕਰਦਾ ਹੈ ਸੋਨਾ, ਉੱਥੇ ਹੀ ਗਹਿਣੇ ਬਣਾਉਣ ਦੇ ਵਿੱਚ ਜਾਂ ਗਹਿਣਿਆਂ ਨੂੰ ਸੋਨੇ ਨੂੰ ਲੈਣ ਦੇਣ ਦੇ ਵਿੱਚ ਕਾਫੀ ਜ਼ਿਆਦਾ ਮੁਨਾਫਾ ਅਕਸਰ ਲੋਕਾਂ ਨੂੰ ਹੁੰਦਾ ਹੋਇਆ ਦੇਖਿਆ ਜਾਂਦਾ ਹੈ। ਪਰ ਜੋ ਮੌਜੂਦਾ ਹੁਣ ਸੋਨੇ ਦੇ ਭਾਅ ਨੇ, ਇੱਕ ਵਾਰ ਤੁਹਾਨੂੰ ਉਹ ਵੀ ਦੱਸ ਦਿੰਦੇ ਹਾਂ।
ਦੱਸ ਦਈਏ ਕਿ ਬਾਜ਼ਾਰ ਦੇ ਵਿੱਚ ਸੋਨੇ ਦੀ ਕੀਮਤ 22 ਕੈਰਟ ਸੋਨੇ ਦੀ ਕੀਮਤ ਜਿਹੜੀ ਆ 66,800 ਰੁਪਏ ਪ੍ਰਤੀ 10 ਗ੍ਰਾਮ ਤੇ ਚੱਲ ਰਹੀ ਹੈ। ਇਸ ਨਾਲ ਹੀ 24 ਕੈਰਟ ਸੋਨੇ ਦੀ ਕੀਮਤ 74,350 ਰੁਪਏ ਪ੍ਰਤੀ 10 ਗ੍ਰਾਮ, ਜਦਕਿ ਕੱਲ ਤੱਕ 24 ਕੈਰਟ ਸੋਨੇ ਦੀ ਕੀਮਤ ਜਿਹੜੀ ਹੈ ਉਹ 73,900 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਦੇ ਨਾਲ ਹੀ 22 ਕੈਰਟ ਸੋਨੇ ਦੀ ਕੀਮਤ 66,350 ਰੁਪਏ ਪ੍ਰਤੀ 10 ਗ੍ਰਾਮ ਤੱਕ ਚੱਲ ਗਈ ਹੈ। ਇਸ ਦੇ ਨਾਲ ਹੀ 18 ਕੈਰਟ ਸੋਨੇ ਦੀ ਕੀਮਤ ਜਿਹੜੀ ਹੈ 56,300 ਰੁਪਏ ਤੱਕ ਪਹੁੰਚ ਚੁੱਕੀ ਹੈ। ਚਾਂਦੀ ਜਿਹੜੀ ਹੈ ਉਹ 80,000 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਚੁੱਕੀ ਹੈ। ਇਸ ਦੇ ਨਾਲ ਹੀ ਚਾਂਦੀ ਦੀ ਗੱਲ ਕਰੀਏ ਤਾਂ ਕੱਲ੍ਹ ਦੇ ਮੁਕਾਬਲੇ ਅੱਜ ਚਾਂਦੀ ਦੀਆਂ ਕੀਮਤਾਂ ਦੇ ਵਿੱਚ 1,000 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ। ਇਸ ਦੇ ਨਾਲ ਚਾਂਦੀ 80,000 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਵਿਕ ਰਹੀ ਹੈ, ਜਦਕਿ ਕੱਲ੍ਹ ਜਿਹੜੀ ਹੈ 79,000 ਪ੍ਰਤੀ ਕਿਲੋਗ੍ਰਾਮ ਦੀ ਸੀਗੀ। ਇਸ ਦੇ ਨਾਲ ਹੀ ਦੂਜੇ ਪਾਸੇ ਜੇਕਰ ਤੁਸੀਂ ਇਹ ਸੋਨਾ ਵੇਚਣਾ ਜਾਂ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਸਰਾਫਾ ਬਾਜ਼ਾਰ ਵਿੱਚ 10 ਗ੍ਰਾਮ 22 ਕੈਰਟ ਸੋਨੇ ਦਾ ਵਟਾਂਦਰਾ ਦਰ 65,300 ਰੁਪਏ ਹੈ। 18 ਕੈਰਟ ਸੋਨੇ ਦਾ ਵਟਾਂਦਰਾ ਦਰ 54,800 ਰੁਪਏ ਹੈ ਪ੍ਰਤੀ 10 ਗ੍ਰਾਮ। ਇਸ ਨਾਲ ਹੀ ਜਦਕਿ ਚਾਂਦੀ ਦਾ ਵਿਕਣ ਦਾ ਰੇਟ 70,000 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਪਰ ਜੇਕਰ 2019 ਦੀ ਗੱਲ ਕੀਤੀ ਜਾਵੇ ਤਾਂ 19 'ਚ 10 ਗ੍ਰਾਮ 24 ਕੈਰਟ ਸੋਨੇ ਦੀ ਸਿਰਫ ਕੀਮਤ ਜਿਹੜੀ ਹੈ ਉਹ 38,000 ਰੁਪਏ ਉਪਲਬਧ ਸੀਗੀ, ਪਰ ਅੱਜ ਕੱਲ੍ਹ ਦੇਖਿਆ ਜਾਵੇ ਤਾਂ ਦੁੱਗਣੀ ਜਿਹੜੀ ਕੀਮਤ ਹੈ ਉਹ ਸੋਨੇ ਦੀ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ 24 ਕੈਰਟ ਸੋਨੇ ਦੀ ਕੀਮਤ ਜਿਹੜੀ ਹੈ 74,000 ਨੂੰ ਪਹੁੰਚ ਚੁੱਕੀ ਹੈ। ਚਾਂਦੀ ਦੀ ਕੀਮਤ ਦੇ ਵਿੱਚ ਵੀ 1,000 ਰੁਪਏ ਤੱਕ ਵਾਧਾ ਦੇਖਣ ਨੂੰ ਮਿਲਿਆ।